ਬੀਤੀ ਦਿਨੀ ਫਿਰੋਜ਼ਪੁਰ ਦੇ ਵਿੱਚ ਅਕਾਲੀ ਲੀਡਰਾਂ ਤੇ ਵਰਕਰਾਂ ਦੇ ਖਿਲਾਫ ਦਰਜ ਕੀਤੇ ਗਏ ਪਰਚਿਆਂ ਨੂੰ ਰੱਦ ਕਰਵਾਉਣ ਦੇ ਲਈ ਹਾਈਵੇ ਤੇ ਧਰਨਾ ਦੇਣ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਖਰੀਆਂ ਖਰੀਆਂ ਸੁਣਾਈਆਂ ਨੇ। ਸਿੱਧੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਡਰਾਮੇ ਕਰ ਰਿਹਾ ਤੇ ਉਨ੍ਹਾਂ ਨੇ ਕਿਹਾ ਕਿ 5-5 ਲੱਖ ਰੁਪਏ ਦੇ ਹੋਟਲ ਦੇ ਕਮਰੇ ਦੇਣ ਵਾਲਾ ਸੜਕ ਤੇ ਬੈਠ ਕੇ ਅਚਾਰ ਦੇ ਨਾਲ ਰੋਟੀ ਖਾਣ ਦੇ ਡਰਾਮੇ ਕਰ ਰਿਹਾ ਹੈ। ਸਿੱਧੂ ਨੇ ਬਾਦਲ ਪਰਿਵਾਰ ਦੇ ਖਿਲਾਫ ਖੁੱਲ ਕੇ ਬਿਆਨਬਾਜ਼ੀ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਚੱਲੇ ਹੋਏ ਕਾਰਤੂਸ ਨੇ, ਉਹ ਚੱਲੇ ਹੋਏ ਕਾਰਤੂਸ ਬਾਰੇ ਕੋਈ ਵੀ ਗੱਲ ਨਹੀਂ ਕਰਨਗੇ। ਸੁਖਬੀਰ ਬਾਦਲ ਦੇ ਧਰਨੇ ਬਾਰੇ ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਦੀ ਸਹੀ ਥਾਂ ਤੇ ਲਿਆਂਦਾ ਹੈ। ਪੰਜਾਬ ਦੇ ਵਿੱਚ ਉਨ੍ਹਾਂ ਦੇ ਵੱਲੋਂ ਕੀਤੀ ਗਈ ਧੱਕੇਸ਼ਾਹੀ ਦਾ ਹੀ ਨਤੀਜਾ ਹੈ ਕਿ ਅੱਜ ਸੜਕਾਂ ਤੇ ਬੈਠ ਕੇ ਅਚਾਰ ਦੇ ਨਾਲ ਰੋਟੀ ਖਾਣੀ ਪੈ ਰਹੀ ਹੈ। ਜਦੋਂ ਪਿਛਲੇ 10 ਸਾਲ ਪੰਜਾਬ ਦੇ ਵਿੱਚ ਜ਼ੁਲਮ ਤੇ ਧੱਕੇਸ਼ਾਹੀ ਹੋ ਰਹੀ ਸੀ, ਉਦੋਂ ਸੁਖਬੀਰ ਸਿੰਘ ਬਾਦਲ ਕਿੱਥੇ ਸਨ? ਸਿੱਧੂ ਨੇ ਸੁਖਬੀਰ ਬਾਦਲ ਨੂੰ ਆਪਣੇ ਅੰਦਾਜ਼ ਦੇ ਵਿੱਚ ਕਿਹਾ, ਪੱਲੇ ਨਾ ਤੇਲਾ ਤੇ ਕਰਤੀ ਮੇਲਾ ਮੇਲਾ। ਸੁਖਬੀਰ ਬਾਦਲ ਦੇ ਬਹਾਨੇ ਸਿੱਧੂ ਨੇ ਉਨ੍ਹਾਂ ਦੇ ਸਾਲੇ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਤੇ ਵੀ ਨਿਸ਼ਾਨਾ ਸਾਧਿਆ। ਸਿੱਧੂ ਨੇ ਗੱਲਾਂ ਗੱਲਾਂ ਦੇ ਵਿੱਚ ਮਜੀਠੀਆ ਨੂੰ ਤਸਕਰ ਤੱਕ ਕਹਿ ਦਿੱਤਾ। ਸਿੱਧੂ ਨੇ ਕਿਹਾ ਕਿ ਅੱਜ ਅਕਾਲੀ ਦਲ ਸੱਤਾ ਦੇ ਵਿੱਚੋਂ ਬਾਹਰ ਹੋਇਆ ਤਾਂ ਇਨ੍ਹਾਂ ਨੂੰ ਬ੍ਰਹਮਪੁਰਾ ਵਰਗੇ ਸੀਨੀਅਰ ਅਕਾਲੀ ਲੀਡਰਾਂ ਦਾ ਵੀ ਚੇਤਾ ਆ ਗਿਆ, ਪਰ ਜਦੋਂ ਫਿਰ ਸੱਤਾ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਤਾਂ ਸਿਰਫ ਤਸਕਰ ਹੀ ਉਨ੍ਹਾਂ ਦੇ ਨਾਲ ਦਿਖਾਈ ਦੇਵੇਗਾ। ਸੁਖਬੀਰ ਬਾਦਲ ਦੇ ਵੱਲੋਂ ਆਪਣੀ ਗ੍ਰਿਫ਼ਤਾਰੀ ਸਬੰਧੀ ਸਰਕਾਰ ਨੂੰ ਕੀਤੇ ਗਏ ਚੈਲੰਜ ਬਾਰੇ ਸਿੱਧੂ ਨੇ ਕਿਹਾ ਕਿ ਅਸੀਂ ਉਸ ਲੰਡੂ ਨੂੰ ਕਿਉਂ ਗ੍ਰਿਫ਼ਤਾਰ ਕਰੀਏ, ਉਹ ਸਿਰਫ ਤੇ ਸਿਰਫ ਇੱਕ ਵਿਧਾਇਕ ਹੀ ਹੈ, ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਅੱਜ ਅਕਾਲੀ ਦਲ ਦਾ ਹਾਲ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਵਿਰੋਧੀ ਧਿਰ ਦੇ ਵਿੱਚ ਵੀ ਨਹੀਂ ਬੈਠਣ ਦਿੱਤਾ। ਤਾਂ ਹੀ ਤੇ ਉਹਨੂੰ 12 ਸੀਟਾਂ ਆਈਆਂ, ਤਾਂ ਹੀ ਤੇ ਸੜਕਾਂ ਦੇ ਉੱਤੇ ਬੈਠਾ ਹੈ, ਅਚਾਰ ਨਾਲ ਪਰੌਂਠੇ ਖਾਂਦਾ ਹੈ, ਇਸੇ ਕਰਕੇ ਆ ਨਾ ਇਹ ਲੋਕਾਂ ਨੇ ਸਹੀ ਥਾਂ ਦੇ ਉੱਤੇ ਬਹਾਤਾ ਸਾਰੇ ਰਿਵਾਈਵ ਕਰ ਰਹੇ ਆ। ਜਿਹੜਾ ਪੰਕਾਸੀਆਂ ਦੀਆਂ ਇੱਟਾਂ ਵੀ ਚੁੱਕ ਕੇ ਲੈ ਗਏ ਆ, ਚਾਹੇ ਉਹ ਲੀਲਾ ਹੋਵੇ, ਚਾਹੇ ਉਹ ਵੱਡੇ ਤੌਰ ਦੇ ਉੱਤੇ ਮੈਰੀਅਟ ਹੋਵੇ, ਚਾਹੇ ਕੋਈ ਹੋਵੇ, ਅਸੀਂ ਉਹਨਾਂ ਨਾਲ ਪੀ ਪੀ ਬੇਸਿਸ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਅਸੀਂ ਇੱਕ ਤਾਂ ਟ੍ਰੈਫਿਕ ਦੀ ਸਮੱਸਿਆ ਨੂੰ ਸੁਲਝਾਉਣ ਦੇ ਲਈ ਬਹੁਤ ਵੱਡੇ ਪ੍ਰਯਾਸ ਕਰਕੇ ਇੱਕ ਬਹੁਤ ਵੱਡਾ ਪ੍ਰੋਜੈਕਟ ਲੈ ਕੇ ਆ ਰਹੇ ਹਾਂ। ਨੰਬਰ 2, ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੈਗੀ ਹੈ ਰਹਿਣ ਦੀ ਜਿਹੜੀ ਸੁਵਿਧਾ। ਅੰਮ੍ਰਿਤਸਰ ਦੇ ਜਿਹੜੇ ਟੂਰਿਜ਼ਮ ਦੇ ਬੰਦੇ ਆ ਉਹ ਸਵੇਰੇ ਆਉਂਦੇ ਆ, ਦੁਪਹਿਰੇ ਚਲੇ ਜਾਂਦੇ ਆ, ਔਰ ਇਹ ਸਭ ਤੋਂ ਵੱਡੀ ਐਡਵਰਟਾਈਜ਼ਮੈਂਟ ਹੈ ਪੰਜਾਬ ਦੇ ਲਈ। ਅੰਮ੍ਰਿਤਸਰ ਦੇ ਵਿੱਚ ਜਿੰਜਰ ਹੋਟਲਸ ਹੋਣ, ਅੰਮ੍ਰਿਤਸਰ ਦੇ ਵਿੱਚ ਫੈਸਿਲੀਟੇਸ਼ਨ ਹੋਵੇ, ਜਿਹੜਾ ਫੋਰਨ ਟੂਰਿਸਟ ਆਵੇ ਉਹਦੇ ਲਈ ਚੰਗੇ ਬਾਥਰੂਮ ਬਣੇ ਹੋਣ, ਔਰ ਉਹਨੂੰ ਠਹਿਰ ਨੂੰ ਸਰਾਏ ਹੋਵੇ, 1400 ਰੁਪਏ ਦਾ ਨੋਵਾਟਲ ਜਿੰਜਰ ਹੋਟਲਸ ਇੱਥੇ ਹੋਣ ਜਿੱਥੇ ਉਹ ਠਹਿਰ ਸਕੇ। ਜਿੱਦਣ ਉਹ ਇੱਥੇ ਠਹਿਰੂਗਾ ਤੇ ਉਹਦੇ ਲਈ ਬੀਟਿੰਗ ਰਿਟਰੀਟ, ਜਲਿਆਂਵਾਲਾ ਬਾਗ ਜਿੱਥੋਂ ਨੈਸ਼ਨਲ ਇੰਟੀਗ੍ਰੇਸ਼ਨ ਸ਼ੁਰੂ ਹੋਏ, ਪੁੱਲ ਮੋੜਾਂ, ਦਰਬਾਰ ਸਾਹਿਬ, ਦੁਰਗਿਆਣਾ ਟੈਂਪਲ, ਮਹਾਰਾਜਾ ਰਣਜੀਤ ਸਿੰਘ ਦੀ ਲੈਗੇਸੀ, ਫੂਡ ਇਜ਼ ਅ ਬਿਗ ਟੇਕ ਅਵੇ। ਤੁਸੀਂ ਦੇਖੋ ਲਾਹੌਰ ਦੇ ਵਿੱਚ ਫੂਡ ਸਟਰੀਟ ਹੈ, ਅਸੀਂ ਇੱਥੇ ਫੂਡ ਸਟਰੀਟ ਬਣਾ ਰਹੇ ਹਾਂ। ਦਰਬਾਰ ਸਾਹਿਬ ਦੇ ਸਾਹਮਣੇ ਜਿੱਥੇ ਮਿਊਂਸਪੈਲਿਟੀ ਹੁੰਦੀ ਸੀ, ਜਿੱਥੇ ਅਸੀਂ ਮਿਊਜ਼ੀਅਮ ਖੋਲਿਆ ਪਾਰਟੀਸ਼ਨ ਦਾ, ਉੱਥੇ ਫੂਡ ਸਟਰੀਟ, ਭਾਵੇਂ ਉਹ ਬੀਰੇ ਵਾਲੀ ਗੱਲ ਹੋਵੇ, ਭਾਵੇਂ ਹੁਜੇ ਵਾਲੀ ਗੱਲ ਹੋਵੇ, ਹਰ ਤਰੀਕੇ ਦੀ ਜਿਹੜੀ ਸਪੈਸ਼ਲਿਟੀ ਉੱਥੇ ਲਿਆ ਰਹੇ ਹਾਂ। ਜਿਹੜੀਆਂ ਡਾਇੰਗ ਆਰਟਸ ਸੀ ਉਹਨਾਂ ਨੂੰ ਰਿਕਵਰ ਕਰ ਰਹੇ ਹਾਂ। ਕਹਿ ਜੀ ਜੇ ਮੈਂ ਕੁਛ ਨਹੀਂ ਕੀਤਾ ਫਿਰ 2 ਲੱਖ ਦੇ ਉੱਤੇ ਜਿਵੇਂ ਬਿੱਲਾ ਛੱਪੜੀ 'ਚੋਂ ਨਹਾ ਕੇ ਨਿਕਲੋ ਤਾਂ ਗੁਰਦਾਸਪੁਰੋਂ ਭੱਜੇ ਕਿਉਂ? ਹੈਂ, ਤੇ ਫਿਰ 2 ਸੀਟਾਂ ਕਿਉਂ ਆਈਆਂ ਤੁਹਾਡੀਆਂ? ਜਦੋਂ ਸਿੱਧੂ ਹੁੰਦਾ ਸੀ ਉਦੋਂ ਤੇ 19 ਵੀ ਆਉਂਦੀਆਂ ਸੀ ਤੇ 14 ਵੀ ਆਉਂਦੇ ਸੀ, ਤੁਸੀਂ ਸਰਕਾਰ 'ਚ ਬਣਾਏ, ਪਰ ਤੁਹਾਡੇ ਪੱਲੇ ਕੀ ਹੈ? ਪੁੱਛਣਾ ਇਹਨਾਂ ਨੂੰ, ਅਕਾਲੀ ਦਲ ਦੇ ਜਥੇਦਾਰ ਦੇ ਪੱਲੇ ਤੁਹਾਡੇ ਨਾਲ ਜ਼ਿਆਦਾ ਨਹੀਂ? ਪੁੱਛਣਾ ਕਿ ਤੁਹਾਡੇ ਪੱਲੇ ਕੀ ਹੈ? ਕਿ ਹੁਣ ਸਿੱਧੂ ਨਹੀਂ, ਹੁਣ ਤੁਹਾਡੇ ਪੱਲੇ ਕੀ ਹੈ? ਕਿ 2 ਸੀਟਾਂ ਨਾਲ ਹੀ ਰੌਲਾ ਪਾਓਗੇ? ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ। ਅੰਮ੍ਰਿਤਸਰ ਤੋਂ ਪਿਓਰ ਰਿਪੋਰਟ, KTV।